ਬੌਸ ਬੌਸ ਇਹ ਹੈਟ ਕਿੱਦਾਂ ਦਾ ਲੱਗਦਾ ਹੈ? ਤੈਨੂੰ ਕਿਹਨੇ ਕਿਹਾ ਟੋਪੀ ਵਾਲੇ ਨੂੰ ਅੰਦਰ ਬੁਲਾਉਣ ਲਈ? ਇਹਨੂੰ ਬਾਹਰ ਭੇਜ, ਮੇਰੇ ਕੋਲ ਫਾਲਤੂ ਚੀਜ਼ਾਂ ਦਾ ਟਾਈਮ ਨਹੀਂ ਹੈਗਾ। ਵਾਹ ਕੀ ਹੋਏ, ਇਸ ਹੈਟ ਵਿੱਚ ਤਾਂ ਬੜੀ ਪਾਵਰ ਹੈ। ਕੌਣ ਹੈ? ਮੇਰੇ ਨਾਲ ਨਹੀਂ ਮਿਲਾਵੇਂਗਾ? ਤੁਹਾਨੂੰ ਹੀ ਤਾਂ ਮਿਲਾਣ ਲੈ ਕੇ ਆਇਆ ਹੈ ਬੌਸ। ਪਲੀਜ਼ ਮੀਟ ਦ ਫੇਮਸ ਕਿੰਗ ਆਫ ਹੈਟਸ, ਮਿਸਟਰ ਹੈਟਮੈਨ। ਹੈਲੋ ਮਿਸਟਰ ਮੈਡ ਮੈਕਸ। ਹੈਲੋ ਵੈਲੋ ਛੱਡ, ਪਹਿਲੇ ਇਹ ਦੱਸ ਕਿ ਤੇਰੀ ਇਹ ਹੈਟ ਕੀ ਕਰ ਸਕਦੀ ਹੈ ਹੋਰ? ਹਾਂ, ਵੈਰੀ ਸਿੰਪਲ, ਜਿਸ ਰੋਬੋਟ ਦੇ ਸਿਰ ਤੇ ਹੈਟ ਪਵਾ ਦਿੱਤੀ ਜਾਵੇ ਉਹ ਰੋਬੋਟ ਮੇਰੀ ਕਮਾਂਡ ਵਿੱਚ ਆ ਜਾਵੇਗਾ। ਅਮੇਜ਼ਿੰਗ! ਥੈਂਕ ਯੂ ਮਿਸਟਰ ਮੈਡ ਮੈਕਸ। ਦੋਸਤ ਮਿਸਟਰ ਹੈਟਮੈਨ, ਕੀ ਤੂੰ ਵੀਰ ਨੂੰ ਫੜ ਕੇ ਇੱਥੇ ਲਿਆ ਸਕਦਾ ਹੈ? ਯੈਸ, ਲਿਆ ਸਕਦਾ ਹਾਂ। ਮੈਡ ਮੈਕਸ ਇਸ ਗਲੈਡ, ਵੈਰੀ ਵੈਰੀ ਗਲੈਡ। ਵੇਖੋ ਉਹ ਜਿਹੜੇ ਤਿੰਨ ਬੱਚੇ ਆ ਰਹੇ ਨਾ, ਉਹਦੇ ਵਿੱਚੋਂ ਦੁਬਲਾ ਵਾਲਾ ਜਿਹੜਾ ਸਮਾਰਟ ਬੱਚਾ ਹੈ ਨਾ, ਉਹੀ ਵੀਰ ਹੈ। ਬਾਕੀ ਦੋਵੇਂ ਉਹਦੇ ਦੋਸਤ ਨੇ, ਇਮਲੀ ਤੇ ਜਿੰਟੂ। ਚੁਲਬੁਲ ਟੋਂਕੀ ਵੀ ਉਹਦਾ ਦੋਸਤ ਹੈ। ਵਾਹ, ਕਿੰਨੀ ਵਧੀਆ ਹੈਟ ਹੈ! ਪਲੀਜ਼ ਮੈਨੂੰ ਉਹ ਹੈਟ ਵਿਖਾਓ। ਐਲ ਸਾਰਿਆਂ ਤੋਂ ਵਧੀਆ ਹੈਟ ਹੈ ਤੇ ਉਹ ਵੀ ਬਿਲਕੁਲ ਫ੍ਰੀ। ਪਹਿਲਾਂ ਮੈਨੂੰ ਵਿਖਾਓ, ਪਹਿਲਾਂ ਮੈਂ ਮੰਗਿਆ। ਨਹੀਂ, ਰੁਕ ਜਾ ਤੂੰ। ਐ ਲੈ ਪੁੱਤਰ। ਨਹੀਂ, ਮੈਨੂੰ ਨਹੀਂ ਚਾਹੀਦੀ ਹੈ, ਥੈਂਕਸ। ਓਏ, ਫ੍ਰੀ ਚ ਦੇ ਰਿਹਾ। ਮੈਂ ਫ੍ਰੀ ਦੀ ਚੀਜ਼ ਨਹੀਂ ਲੈਂਦਾ। ਬਦਤਮੀਜ਼, ਮੇਰੇ ਹੈਟ ਦੀ ਇਨਸਲਟ ਕਰ ਰਿਹਾ ਹੈ। ਅੱਛਾ,